ਕਮਿਸ਼ਨ ਨੇ ਪਹਿਲਾਂ 14 ਫਰਵਰੀ ਦੀ ਡੇਟ ਦਿੱਤੀ ਸੀ ਪੋਲਿੰਗ ਦੀ, ਅੱਜ 20 ਫਰਵਰੀ ਡੇਟ ਹੋ ਗਈ ਹੈ, ਤੁਹਾਡਾ ਇਹਦੇ ਤੇ ਕੀ ਰਿਐਕਸ਼ਨ ਹੈ ਜੀ? ਸਾਰੀਆਂ ਪਾਰਟੀਆਂ ਦਾ, ਸ਼੍ਰੋਮਣੀ ਅਕਾਲੀ ਦਲ ਤੇ ਸਾਰੀਆਂ ਪਾਰਟੀਆਂ ਨੇ ਰਿਕੁਐਸਟ ਕੀਤਾ ਸੀ ਇਲੈਕਸ਼ਨ ਕਮਿਸ਼ਨ ਨੂੰ, ਕਿਉਂਕਿ ਗੁਰੂ ਰਵਿਦਾਸ ਜੀ ਮਹਾਰਾਜ ਦਾ ਗੁਰਪੁਰਬ ਸੀ 16 ਤਰੀਕ ਨੂੰ, ਤੇ ਬਹੁਤ ਸੰਗਤਾਂ ਉਸ ਗੁਰਪੁਰਬ ਮਨਾਉਣ ਵਾਸਤੇ ਅਲੱਗ-ਅਲੱਗ ਜਗ੍ਹਾ ਤੇ ਜਾਂਦੀਆਂ ਸੀ, ਤੇ ਸਾਰਿਆਂ ਦੀ ਬੜੀ ਡਿਮਾਂਡ ਸੀ ਕਿ ਇਲੈਕਸ਼ਨ ਪੋਸਟਪੋਨ ਕੀਤਾ ਜਾਏ। ਮੈਂ ਵੀ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਸੀ, ਸਾਰੀਆਂ ਪਾਰਟੀਆਂ ਨੇ ਲਿਖਿਆ, ਤੇ ਬੜੀ ਖੁਸ਼ੀ ਹੈ ਕਿ ਅੱਜ ਇਲੈਕਸ਼ਨ ਕਮਿਸ਼ਨ ਨੇ ਸਾਡੀ ਗੱਲ ਮੰਨ ਕੇ 20 ਫਰਵਰੀ ਨੂੰ ਇਲੈਕਸ਼ਨ ਕਰ ਦਿੱਤਾ।